ਹੋਰਾ ਦੇ ਮੇਲੇ ਦੇ ਉੱਤੇ ਸੰਸੀਚੇ ਵਾਲ ਹੋਰੀ ਪਹੁੰਚੇ ਨੇ ਗੱਲਬਾਤ ਅਸੀਂ ਕਰਾਂਗੇ ਸਚਵਾਲ ਜੀ ਮੋਹਨ ਸਿੰਘ ਹੋਰਾ ਦੇ ਯਾਦਗਾਰੀ ਮੇਲੇ ਦੇ ਉੱਤੇ ਪਹੁੰਚੇ ਹੋ ਪਹਿਲਾਂ ਤਾਂ ਕਿਹੋ ਜਿਹਾ ਲੱਗ ਰਿਹਾ ਇਸ ਮੇਲੇ ਦੇ ਵਿੱਚ ਆ ਕੇ ਕੀ ਕੁਝ ਅਜੇ ਮਹਾਨ ਕਵੀ ਪ੍ਰੋਫੈਸਰ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਹੈਗਾ ਅੱਜ ਜਨਮ ਦਿਨ ਆ ਉਹਨਾਂ ਦਾ ਸਰਦਾਰ ਮੋਹਨ ਸਿੰਘ ਜੀ ਉਹਨਾਂ ਦਾ ਤੇ ਉਹਨਾਂ ਦੀ ਯਾਦ ਦੇ ਵਿੱਚ ਹੀ ਸਾਰੇ ਕਵੀ ਵੀਰਾਂ ਵੱਲੋਂ ਸਾਹਿਤ ਸਭਾ ਵੱਲੋਂ ਸਾਹਿਤ ਅਕੈਡਮੀ ਵੱਲੋਂ ਇਕੱਠੇ ਹੋ ਕੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਜਿਹੜੇ ਹੈਗੇ ਆ ਬੁੱਤ ਲਾਇਆ ਉਹਨਾਂ ਦੇ ਉੱਤੇ ਫੁੱਲਾਂ ਦੇ ਹਾਰ ਚੜ੍ਹਾਏ ਆ ਅਤੇ ਨਾਲ ਸਾਹਿਤ ਸਭਾ ਦਾ ਆਰੰਭ ਹੋਇਆ ਜਿਹਦੇ ਵਾਸਤੇ ਜਿਹੜੀ ਹੈਗੀ ਆ ਬਹੁਤ ਵਧੀਆ ਕਵਿਤਾਵਾਂ ਅਤੇ ਬਹੁਤ ਵਧੀਆ ਚਰਚਾਵਾਂ ਇੱਥੇ ਹੋਣਗੀਆਂ ਅਤੇ ਜਿਹੜੇ ਸਾਡੇ ਸਾਹਿਤਕਾਰ ਹੁੰਦੇ ਆ ਉਹ ਜਾਂ ਕਵੀ ਹੁੰਦੇ ਆ ਉਹ ਸਾਡੇ ਸਮਾਜ ਦਾ ਦਰਪਣ ਵੀ ਹੁੰਦੇ ਆ ਸਰਮਾਇਆ ਹੁੰਦੇ ਆ ਉਹਨਾਂ ਦੇ ਜਿਹੜੇ ਸ਼ਬਦ ਆ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬੜੇ ਮਹਿੰਗੇ ਹੁੰਦੇ ਹਨ ਅਨਮੋਲ ਹੁੰਦੇ ਆ ਸੋ ਉਹਨਾਂ ਦੀ ਯਾਦ ਨੂੰ ਮਨਾਉਣਾ ਇਹ ਇੱਕ ਸਾਹਿਤ ਨੂੰ ਦੇ ਨਾਲ ਜੁੜਨਾ ਅਤੇ ਉਹਨੂੰ ਇੱਕ ਮਾਣ ਦੇਣ ਵਾਲੀ ਗੱਲ ਤੁਸੀਂ ਪਹੁੰਚੇ ਹੋ ਮੇਲੇ ਦੇ ਵਿੱਚ ਪਹਿਲਾਂ ਤਾਂ ਕਿਹੋ ਜਿਹਾ ਲੱਗਿਆ ਉਸ ਬਾਰੇ ਜ਼ਰੂਰ ਦੱਸੋ ਕਿਉਂਕਿ ਅੰਦਰ ਤੁਸੀਂ ਆਏ ਹੋ ਤੁਹਾਡਾ ਸਨਮਾਨ ਹੋਇਆ ਸੀ ਬਹੁਤ ਵਧੀਆ ਕਿਉਂਕਿ ਸਾਰੇ ਸਾਰੀ ਸਟੇਜਾਂ ਦੇ ਸਕਾਰ ਜਿਹੜੀਆਂ ਮਹਾਨ ਸ਼ਖਸੀਅਤਾਂ ਸਾਰੀਆਂ ਇੱਥੇ ਬੈਠੀਆਂ ਬੜੇ ਕਿਉਂਕਿ ਗਿਆਨ ਦਾ ਭੰਡਾਰ ਆ ਇੱਥੇ ਅਤੇ ਸਾਰੇ ਇੰਨੇ ਵਿਦਵਾਨ ਇਕੱਠੇ ਹੋ ਜਾਣ ਸੋ ਇਹੋ ਜਿਹੀ ਸਭਾ ਦਾ ਉਹ ਆਉਣਾ ਹੀ ਜਿਹੜਾ ਹੈਗਾ ਕੁਛ ਇਕੱਠਾ ਕਰਨ ਵਾਸਤੇ ਹੁੰਦੇ ਗ੍ਰਹਿਣ ਕਰਨ ਵਾਸਤੇ ਇੱਥੇ ਹਰ ਵਾਸਤੇ ਜਿਹੜਾ ਹੈਗਾ ਕੁਛ ਨਾ ਕੁਛ ਇੱਥੇ ਲੈ ਕੇ ਲੇਖਕ ਆਪਣੀ ਜ਼ਿੰਦਗੀ ਪੂਰੀ ਦੇ ਦਿੰਦਾ ਹੈ ਕਿਸੇ ਵੀ ਕਵਿਤਾ ਨੂੰ ਜਾਂ ਫਿਰ ਕਿਸੇ ਵੀ ਕਹਾਣੀ ਨੂੰ ਤੁਸੀਂ ਅੱਜ ਜਦੋਂ ਇਸ ਜਗ੍ਹਾ ਦੇ ਉੱਤੇ ਆਏ ਕਾਫੀ ਲੇਖਕਾਂ ਦੇ ਨਾਲ ਵੀ ਮਿਲੇ ਪਹਿਲਾਂ ਵੀ ਤੁਸੀਂ ਮਿਲਦੇ ਰਹੇ ਹੋ ਜਦੋਂ ਤੁਸੀਂ ਕਿਸੇ ਲੇਖਕ ਦੇ ਨਾਲ ਮਿਲਦੇ ਹੋ ਉਦੋਂ ਕਿਹੋ ਜਿਹਾ ਤੁਹਾਡਾ ਰੁਝਾਨ ਹੁੰਦਾ ਹੈ ਕਿਹੋ ਜਿਹਾ ਤੁਹਾਡੇ ਵੱਲੋਂ ਕੋਈ ਵੀ ਹੈਗਾ ਹਰ ਇੱਕ ਦੀ ਆਪਣੀ ਆਪਣੀ ਦੁਨੀਆ ਕੋਈ ਦੁਨੀਆ ਦੇ ਸੁਪਨੇ ਲੈਂਦਾ ਵਾ ਤੇ ਸੁਪਨੇ ਮਨ ਦੇ ਵਿੱਚ ਹੀ ਲੈ ਕੇ ਚਲੇ ਜਾਂਦਾ ਕੋਈ ਲਿਖਦਾ ਵੀ ਨਹੀਂ ਤੇ ਕੋਈ ਜਿਹੜਾ ਹੈਗਾ ਦੁਨੀਆ ਦੇ ਸੁਪਨੇ ਆ ਜਿਹੜੇ ਹੈਗੇ ਆ ਉਹ ਲਿਖ ਕੇ ਚਲੇ ਜਾਂਦਾ ਕੋਈ ਹੈਗਾ ਕੈਮਰੇ ਮੋਰੇ ਹੁਣ ਬੋਲ ਕੇ ਚਲ ਜਾਊਗਾ ਅਤੇ ਜਿਹੜਾ ਹੈਗਾ ਕੁਛ ਆਪਣੇ ਆਪ ਨਾਲ ਲੈ ਜਾਂਦੇ ਆ ਕੁਛ ਜਿਹੜੇ ਹੈਗੇ ਆ ਉਸ ਵੇਲੇ ਜਿਹੜੀ ਹੈਗੀ ਇਹੋ ਜਿਹੀਆਂ ਪੈੜਾਂ ਪਾ ਜਾਂਦੀਆਂ ਜਿਹੜੀਆਂ ਸਮਾਜ ਦੇ ਦਿਲਾਂ ਉੱਤੇ ਲਿਖ ਜਾਂਦੇ ਆ ਸੋ ਉਹ ਪੈੜਾਂ ਉਹ ਸਿਹਤ ਜਾਂ ਉਹ ਗੱਲਾਂ ਜਿਹੜੀਆਂ ਹੈਗੀਆਂ ਸਮਾਜ ਉਹਨਾਂ ਨੂੰ ਪੱਲੇ ਪਾਉਂਦਾ ਇੱਕ ਆਖਰੀ ਅਪੀਲ ਉਹਨਾਂ ਕਵੀ ਜੋ ਕਵਿਤਾ ਲਿਖਦੇ ਨੇ ਜਾਂ ਫਿਰ ਨਵੇਂ ਨਵੇਂ ਲੇਖਕ ਨੇ ਉਹਨਾਂ ਦੇ ਲਈ ਨਹੀਂ ਵਧੀਆ ਕਿ ਸਾਡੇ ਜੋ ਕਰੰਟ ਜਿਹੜੀਆਂ ਸਾਡੀਆਂ ਸਮੱਸਿਆ ਚਾਹੇ ਇਨਵਾਇਰਮੈਂਟ ਆ ਇਹਦਾ ਮੁੱਦਾ ਜਿਹੜਾ ਸਾਡਾ ਵਿਸ਼ਵ ਵਿਆਪੀ ਆ ਨਸ਼ੇ ਆ ਇਹ ਇੱਕ ਬਹੁਤ ਵੱਡਾ ਸਮਾਜ ਦਾ ਕੋਹੜ ਆ ਫਿਰ ਹੋਰ ਭ੍ਰਿਸ਼ਟਾਚਾਰ ਆ ਇਹਨਾਂ ਦੇ ਉੱਤੇ ਜਿਹੜੀ ਹੈਗੀ ਹੈ ਸਾਨੂੰ ਜਿਹੜਾ ਹੈਗਾ ਬੋਲਣ ਦੀ ਲੋੜ ਆ ਲਿਖਣ ਦੀ ਲੋੜ ਆ ਤਾਂ ਕਿ ਜਿਹੜੀ ਹੈਗੀ ਹੈ ਇਹ ਸਮਾਜਿਕ ਰੀਤੀਆਂ ਸਮਾਜਿਕ ਬੁਰਾਈਆਂ ਜਿਹੜੀਆਂ ਜੋ ਵੀ ਹੈਗੀ ਸਾਨੂੰ ਇਹਨਾਂ ਤੋਂ ਸਾਨੂੰ ਨਿਜਾਤ ਮਿਲ ਸਕੇ ਅਸੀਂ ਜਾਗਰੂਕ ਹੋ ਸਕੀਏ ਸ਼ੁਕਰੀਆ ਤਸਨ ਸੀਚੇਵਾਲ ਨੇ ਜਿਨ੍ਹਾਂ ਦੇ ਨਾਲ ਖਾਸੀ ਗੱਲਬਾਤ ਕੀਤੀ ਹੈ ਤਾਂ ਅੱਜ ਹਰੇਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਹੈਗਾ ਹੈ ਉਹ ਪੰਜਾਬੀ ਬਾਗ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦਾ ਜਿਹੜਾ ਹੈ ਉਹ ਯਾਦਗਾਰੀ ਮੇਲਾ ਲਗਾਇਆ ਜਾ ਰਿਹਾ ਹੈ ਅੰਦਰ ਪੰਜਾਬ ਭਰ ਦੇ ਸਾਰੇ ਹੀ ਸਾਹਿਤਕ ਨੂੰ ਪਿਆਰ ਕਰਨ ਵਾਲੇ ਕਵਿਤਾਵਾਂ ਨੂੰ ਪਿਆਰ ਕਰਨ ਵਾਲੇ ਲੇਖਕ ਮੌਜੂਦ ਨੇ ਉਹਨਾਂ ਦੇ ਨਾਲ ਵੀ ਅੱਗੇ ਆ ਕੇ ਜਿਹੜਾ ਹੈ ਉਹ ਗੱਲਬਾਤ ਅਸੀਂ ਕਰਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਕੈਮਰਾ ਪਰਸਨ ਪੰਕਜ ਦੇ ਨਾਲ ਰਾਜੂ ਗੁਪਤਾ ਬਾਬੂ ਸ਼ਾਹੀ ਟਾਈਮ ਲੁਧਿਆਣਾ